ਅਸਲਾਮ ਅਲੈਕਮ ਵਾਲੇਕਮ ਸਲਾਮ ਕੀ ਨਾਮ ਹੈ ਬਜ਼ੁਰਗਾਂ ਦਾ ਮੈਂ ਮਸਦੀਪ ਗੁਜਰ ਕਿਹੜੀਆਂ ਮਜਾਂ ਸਾਤੂ ਜ਼ਿਆਦਾ ਦੁੱਧ ਦਿੰਦੀਆਂ ਨੇ ਜਿਹੜੀਆਂ ਨਹੀਂ ਆਸਤਾ ਟੁਰਦੀਆਂ ਉਹ ਜ਼ਿਆਦਾ ਦੁੱਧ ਦਿੰਦੀਆਂ ਆਸਤਾ ਟੁਰਦੀਆਂ ਇਹ ਇਹਨਾਂ ਦੀ ਨਿਸ਼ਾਨੀ ਹੈ ਹਾਂਜੀ ਅੱਛਾ ਕਈ ਦੱਸਦੇ ਨੇ ਇਹਦੀ ਚੰਮ ਦੀ ਨਿਸ਼ਾਨੀ ਕੋਈ ਸਿੰਗਾਂ ਦੀ ਨਿਸ਼ਾਨੀ ਬਰੀਕ ਹੁੰਦਾ ਚੰਮ ਉਹਦਾ ਅੱਛਾ ਤੇ ਟੁਰਦੀ ਸਲੋ ਵਗੈਰਾ ਉਹ ਮੈਂ ਦੁੱਧ ਬਹੁਤਾ ਕਰੇ ਠੀਕ ਹੈ ਅੱਛਾ ਮੇਨ ਮੇਨ ਨਿਸ਼ਾਨੀਆਂ ਤੇ ਦੱਸ ਛੜੋ ਮੇਨ ਆਹ ਜਿਹੜੀ ਚੰਬੜੀ ਪਤਲੀ ਹੈ ਤੇ ਆਸਤਾ ਟੁਰਨ ਵਾਲੀ ਮੈਂ ਤੁਹਾਡੇ ਕੋਲ ਹੈ ਪੰਜ ਕਲਿਆਣ ਹੋਇਆ ਹੈ ਨਾ ਦਿਖਾਓ ਤੁਹਾਡੇ ਨਾਜ਼ਿਮ ਦਿਖਾਓ ਮਾਜੋ ਕੋਈ ਮੈਂ ਸਾਡੇ ਕੋਲ ਇੱਕ ਹਾਂਜੀ ਇਹਦੀ ਕੀ ਹੁਣ ਦੱਸੋ ਨਿਸ਼ਾਨੀ ਇਹਦੇ ਪੈਰ ਧੋਤੇ ਦੇ ਨੇ ਮੱਥਾ ਚਿੱਟਾ ਪੂਛੇ ਪੈਰਾਂ ਦਾ ਤੇ ਠੀਕ ਹੈ ਤੇ ਇਹਦਾ ਚਮੜਾ ਚਮੜਾ ਪਤਲਾ ਹੈ ਚਮੜਾ ਪਤਲਾ ਠੀਕ ਹੈ ਕੋਈ ਅੱਖਾਂ ਦੀ ਵੀ ਨਿਸ਼ਾਨੀ ਹੁੰਦੀ ਹੈ ਇਹਦੀ ਅੱਖਾਂ ਬਿੱਲੀਆਂ ਭਾਵੇਂ ਕਾਲੀਆਂ ਹੋਣ ਅੱਖਾਂ ਦੀ ਨਹੀਂ ਕੋਈ ਤੇ ਪੁਸ਼ਲ ਦੀ ਕੀ ਨਿਸ਼ਾਨੀ ਹੁੰਦੀ ਹੈ ਪੁਸ਼ਲ ਦੀ ਵੀ ਕੋਈ ਨਹੀਂ ਲੰਮੀ ਹੋਣੀ ਚਾਹੀਦੀ ਸਰ ਟੁੱਟੀ ਨਹੀਂ ਹੋਣੀ ਚਾਹੀਦੀ ਟੁੱਟੀ ਨਹੀਂ ਹੋਣੀ ਚਾਹੀਦੀ ਠੀਕ ਹੋ ਗਿਆ ਤੁਸੀਂ ਅੱਗੇ ਘਾਟਾ ਪੈਂਦਾ ਘਾਟਾ ਪੈਂਦਾ ਅਗਰ ਤੁਸੀਂ ਗੱਲ ਕੀਤੀ ਹੈ ਕਿ ਤੁਸੀਂ ਮੰਡੀਆਂ 'ਚੋਂ ਜਿਹੜਾ ਉਹ ਮਾਲ ਖਰੀਦਦੇ ਹੋ ਤੇ ਸੇਲ ਵੀ ਕਰਦੇ ਹੋ ਸਾਡੇ ਨਾਜ਼ਰੀਨ ਨਾਲ ਕੋਈ ਐਸਾ ਆਪਣੀ ਜ਼ਿੰਦਗੀ ਦਾ ਵਾਕਿਆ ਸ਼ੇਅਰ ਕਰੋ ਜਿਹਦੇ ਵਿੱਚ ਤੁਹਾਡੇ ਨਾਲ ਕੋਈ ਧੋਖਾ ਜਾਂ ਫਰਾਡ ਹੋਇਆ ਹੋਵੇ ਧੋਖਾ ਫਰਾਡ ਇਹਨਾਂ 'ਚ ਹੁੰਦਾ ਹੀ ਹੁੰਦਾ ਜਿਹਨੇ ਧੋਖਾ ਫਰਾਡ ਹੋਣਾ ਹੀ ਹੋਣਾ ਮੰਡੀਆਂ 'ਚ ਮਾਲ ਖਰੀਦਣਾ ਹੀ ਧੋਖਾ ਹੋਣਾ ਹੀ ਹੋਣਾ ਕੋਈ ਦੱਸੋ ਨਾ ਤੁਸੀਂ ਤੁਹਾਡੇ ਜ਼ਿੰਦਗੀ 'ਚ ਜਿਹੜਾ ਕੋਈ ਹੋਇਆ ਹੋਵੇ ਕੋਈ ਹੋਣਾ ਹੀ ਹੁੰਦੇ ਨਾ ਸਾਡੇ ਨਾਲ ਨਹੀਂ ਹੁੰਦੇ ਲੋਕਾਂ ਨਾਲ ਤੇ ਹੁੰਦੇ ਨਾ ਸਾਡੇ ਨਾਲ ਨਹੀਂ ਹੁੰਦੇ ਕਿਉਂ ਅਸੀਂ ਮਾਲ ਹੀ ਅਸੀਂ ਖਰੀਦਣਾ ਸਾਡੇ ਨਾਲ ਹੋਣਾ ਹੀ ਜੇ ਕੋਈ ਜਿਸ ਤਰ੍ਹਾਂ ਲੋਕ ਧੋਖਾ ਕਰਦੇ ਨਾ ਉਹ ਗੱਲ ਦੱਸੋ ਸਾਨੂੰ ਧੋਖਾ ਕਰਦੇ ਨੇ ਜਾਲ ਲਾਵੇਂ ਖੜਦੇ ਨੇ ਸ਼ਹਿਰਾਂ 'ਚ ਤੇ ਲਾ ਕੇ ਤੇ ਮਈਆਂ ਹੁੰਦੇ ਦੇ ਨਾ ਉਹ ਧੋਖਾ ਹੀ ਧੋਖਾ ਠੀਕ ਹੈ ਅੱਜ ਤੂੰ ਬਚਣ ਦਾ ਕੋਈ ਤਰੀਕਾ ਵੀ ਦੱਸੋਗਾ ਕਿੰਜ ਪਹਿਚਾਣਿਆ ਜਾਏ ਕਿ ਜਾਲ ਲਾਵੇਂ ਬਚਿਆ ਜਾਂਦਾ ਉਹ ਹੱਥ ਫੜੂ ਹੁੰਦੇ ਨੇ ਲਾਂਭੇ ਬੈਠੇ ਹੁੰਦੇ ਨੇ ਠੀਕ ਹੈ ਉਹਨਾਂ ਕੋਲ ਲੋਕ ਮਈਆਂ ਲੈਂਦੇ ਨੇ ਪੱਕਿਆਂ ਵਪਾਰੀਆਂ ਕੋਲ ਮਈਆਂ ਲਵੇ ਉਹਦੇ ਧੋਖਾ ਫਰਾਡ ਨਹੀਂ ਹੋਏਗਾ ਅੱਛਾ ਧੋਖਾ ਨਹੀਂ ਹੋਏਗਾ ਨਹੀਂ ਹੋਏਗਾ ਕੱਚਿਆਂ ਕੋਲ ਲਵੇਗਾ ਧੋਖਾ ਫਰਾਡ ਹੋਏਗਾ ਧੋਖਾ ਫਰਾਡ ਹੋਏਗਾ ਹੋਰ ਕੀ ਹੋਣਾ ਜੇ ਦੱਸੋ ਕਿ ਥਣਾ ਨੂੰ ਵੀ ਕੋਈ ਕਰਦੇ ਨੇ ਕੁਛ ਨਹੀਂ ਕਰਦੇ ਕੁਛ ਵੀ ਨਹੀਂ ਹੁੰਦਾ ਥਣਾ ਨੂੰ ਉਹ ਧੋਖਾ ਫਰਾਡ ਆ ਜਿਹੜੇ ਜਾਲ ਲਾਉਂਦੇ ਨੇ ਬਸ ਅੱਛਾ ਹੁਣ ਤੋਂ ਪਹਿਲੇ ਆਉਂਦੇ ਨੇ ਕੋਈ ਇੱਕ ਥਾਂ ਜਿਹੜੇ ਨਹੀਂ ਨਹੀਂ ਉਹ ਗੋੜ ਦਿੱਤਾ ਹੁੰਦਾ ਸੋਜ ਪਈ ਹੁੰਦੀ ਹੋਰ ਕੁਛ ਨਹੀਂ ਹੁੰਦਾ ਅੱਛਾ ਉਹਦੀ ਪਹਿਚਾਣ ਫਿਰ ਕਿਸ ਤਰ੍ਹਾਂ ਗੋੜ ਦਿੱਤਾ ਹੁੰਦਾ ਥਣ ਮੋਟੇ ਹੋਏ ਹੁੰਦੇ ਨੇ ਸੋਜ ਪਈ ਹੁੰਦੀ ਹੈ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗੇ ਨਵੇਂ ਬੰਦੇ ਨੂੰ ਕਿਸ ਤਰ੍ਹਾਂ ਪਤਾ ਲੱਗੇ ਇਸ ਤਰ੍ਹਾਂ ਪਤਾ ਲੱਗਾ ਜਿਹੜੇ ਮੋਟੇ ਥਣ ਨਾ ਲਵੋ ਅੱਛਾ ਜਿਹਨਾਂ ਨੂੰ ਚੰਦਰੀ ਪਈ ਦੀ ਹੈ ਸੁੱਜੇ ਦੇ ਨਾ ਲਵੋ ਅੱਛਾ ਸਾਡੇ ਨਾਜ਼ਮ ਨੇ ਵੀ ਦੱਸੋ ਸਾਫ ਜਿਹੜੇ ਨਾ ਉਹ ਲਵੋ ਠੀਕ ਹੈ ਮੱਝ ਖਰੀਦਣ ਦਾ ਫਿਰ ਸਹੀ ਤਰੀਕਾ ਘਰ ਕੀ ਉਹ ਦੱਸੋ ਸਹੀ ਤਰੀਕਾ ਪੱਕੇ ਬੰਦੇ ਕੋਲ ਮੈਂ ਲਵੇ 5-7 ਦਿਨਾਂ ਦੀ ਸੂਈ ਦੀ ਤੁਹਾਨੂੰ ਪਤਾ ਹੈਗਾ ਮੈਂ ਗਿੱਲੀ ਹੋਏ ਥੱਲੇ ਬੋਲਾ ਹੁੰਦਾ ਬਿਲਕੁਲ ਉਹਦਾ ਦੁੱਧ ਮੋਟਾ ਹੁੰਦਾ ਗਾੜਾ ਹੁੰਦਾ ਠੀਕ ਹੈ ਇੱਕ ਥਣਾ ਦੇ ਪ੍ਰੇਸ਼ਨ ਹੋਇਆ ਉਹ ਨਹੀਂ ਲੈਣੀ ਉਹਨੂੰ ਚੰਦਰੀ ਪਈ ਹੁੰਦੀ ਹੈ ਠੀਕ ਹੈ ਉਹ ਨਾ ਵੀ ਪਈ ਹੋਏ ਫਿਰ ਵੀ ਪੈ ਜਾਂਦੀ ਹੈ ਠੀਕ ਹੈ ਕਿਸੇ ਟਾਈਮ ਨਹੀਂ ਉਹਨੂੰ ਚੰਦਰੀ ਕਰ ਸਕਦਾ ਬਜ਼ੁਰਗੋ ਮੈਂ ਤੁਹਾਡੇ ਕੋਲ ਇੰਟਰਵਿਊ ਤੋਂ ਪਹਿਲਾਂ ਇੱਕ ਸਵਾਲ ਪੁੱਛਿਆ ਸੀ ਕਿ ਅਗਰ ਕੋਈ ਬੰਦਾ ਬਾਹਰੋਂ ਆਉਂਦਾ ਹੈ ਉਹ ਕੰਮ ਕਰਨਾ ਚਾਹੁੰਦਾ ਤੇ ਕੈਸਾ ਇਹ ਕੰਮ ਹੈ ਕੰਮ ਠੀਕ ਹੈ ਇੱਕ ਵਾਰੀ ਉਹਨੂੰ ਲਾਸ ਹੋਣਾ ਹੀ ਹੋਣਾ ਅੱਛਾ ਜਦੋਂ ਆਪੀ ਸਮਝ ਜਾਏਗਾ ਕੰਮ ਫਿਰ ਠੀਕ ਹੋ ਜਾਏਗਾ ਠੀਕ ਹੋ ਗਿਆ ਯਾਨੀ ਕਿ ਲਾਸ ਲਾਜ਼ਮੀ ਹੈ ਲਾਸ ਲਾਜ਼ਮੀ ਹੈ ਕੋਈ ਵੀ ਕਾਰੋਬਾਰ ਵਿੱਚ ਲਾਸ ਜ਼ਰੂਰੀ ਹੈ ਲਾਸ ਜ਼ਰੂਰੀ ਹੈ ਠੀਕ ਹੋ ਗਿਆ ਕੋਈ ਐਸਾ ਵੀ ਤਰੀਕਾ ਕਰ ਦੱਸ ਛੜੋ ਕਿ ਲਾਸ ਜਿਹੜਾ ਕੱਪ ਘੱਟ ਤੋਂ ਘੱਟ ਉਹਦਾ ਲਾਸ ਹੋਏ ਕੰਮ ਤੋਂ ਕੰਮ ਲਾਸ ਹੋਏ ਇਹ ਹੋਣਾ ਹੀ ਹੋਣਾ ਘੱਟ ਤੋਂ ਘੱਟ ਹੋਏ ਜੇ ਬਹੁਤਾ ਹੋਏ ਹੋਣਾ ਹੀ ਹੋਣਾ ਮੈਂ ਦੰਗਾ ਹੀ ਸੂਈ ਲਏਗਾ 2-4 ਦਿਨਾਂ ਦੀ ਉਹ 'ਚ ਲਾਸ ਘੱਟ ਹੋਏਗਾ ਅੱਛਾ ਜਿਹੜੀ ਬਹੁਤਾ ਦਿਨਾਂ ਦੀ ਸੂਈ ਲਓਗੇ ਉਹ 'ਚ ਲਾਸ ਹੋਏਗਾ ਉਹ 'ਚ ਲਾਸ ਹੋਏਗਾ ਸਾਲ 2 ਕਿਸੇ ਕੋਲ ਭੰਨੋ ਜੀ ਉਹ ਤਜਰਬਾ ਲਵੋ ਉਹਦਾ ਜੀ ਫਿਰ ਉਸ ਤੋਂ ਬਾਅਦ ਲਾਸ ਤੁਹਾਨੂੰ ਘੱਟ ਤੋਂ ਘੱਟ ਹੋਏਗਾ ਠੀਕ ਹੋ ਗਿਆ ਕੁਛ ਵੀ ਨਾਮ ਹੀ ਹੋਏ ਲਾਸ ਤੋਂ ਠੀਕ ਹੋ ਗਿਆ ਅੱਛਾ ਕਿੰਨੀਆਂ ਜਾਨਵਰ ਤਜਰਬਾ ਹੀ ਨਹੀਂ ਹੋਣਾ ਫਿਰ ਲਾਸ ਹੀ ਲਾਸ ਲਾਸ ਹੀ ਲਾਸ ਕਿੰਨੀਆਂ ਜਾਨਵਰਾਂ ਤੋਂ ਸਟਾਰਟ ਕਰੇ ਕੰਮ ਤੋਂ ਕੰਮ ਕਿੰਨੇ ਜਾਨਵਰ ਹੋਣ ਤੇ ਫਿਰ ਵਾਰ ਕੰਮ ਦਸਾਂ ਤੋਂ ਸਟਾਰਟ ਕਰੇ ਦਸਾਂ ਜਾਨਵਰਾਂ ਤੋਂ ਸਟਾਰਟ ਕਰੇ ਠੀਕ ਹੋ ਗਿਆ ਉਸ ਤੋਂ ਥੱਲੇ ਇੱਕ ਅੱਧੀ ਦੇ ਕੋਈ ਫਾਇਦਾ ਨਹੀਂ ਅੱਛਾ ਉਹ ਦਸਾਂ ਦਾ ਹੋਏਗਾ ਦੁੱਧ ਉਹਨਾਂ ਦਾ ਉੱਨਾ ਹੋਏਗਾ ਤੇ ਉਸ ਹਿਸਾਬ ਨਾਲ ਮਾਲ ਵਿਕੇਗਾ ਜੀ ਦੁੱਧ ਵਿਕੇਗਾ ਪੈਸਾ ਆਏਗਾ ਜੀ ਅੱਧੇ ਪੈਸੇ ਮਾਲ ਨੂੰ ਪਾਏਗਾ ਅੱਧੇ ਪੈਸੇ ਖੁਦ ਬਚਾ ਲਏਗਾ ਬਿਲਕੁਲ ਠੀਕ ਹੈ ਅੱਛਾ ਕੋਈ ਦੇਸੀ ਨੁਸਖੇ ਵਗੈਰਾ ਇਹਦੇ ਵਾਸਤੇ ਕੋਈ ਇਸਤੇਮਾਲ ਨਹੀਂ ਕਰਦੇ ਤੁਸੀਂ ਨਾ ਕਰੋ ਡਾਕਟਰੀ ਨੁਸਖੇ ਕਰੋ ਅੱਛਾ ਆ ਜਿਹੜੇ ਤੁਸੀਂ ਆਪ ਹੀ ਕਰਦੇ ਹੋ ਜਿਹਦੇ ਨਾਲ ਮਈਆਂ ਥਣ ਮਰ ਜਾਂਦੇ ਨੇ ਜੀ 100 ਮਈਆਂ ਨੁਕਸ ਹੋ ਜਾਂਦਾ ਜੀ ਡਾਕਟਰੀ ਇਲਾਜ ਕਰੋ ਜਿਹੜਾ ਵੀ ਹੈ ਦੂਜਾ ਇਲਾਜ ਯਾਨੀ ਕਿ ਅਗਰ ਮੈਂ ਗੱਲ ਕਹਾਂ ਕਿ ਨੀਮ ਹਕੀਮ ਖਤਰਾ ਜਾਨ ਦਾ ਖਤਰਾ ਜਾਨ ਹਾਂਜੀ ਉਹ ਨਹੀਂ ਕਰਨਾ ਉਹ ਨਹੀਂ ਕਰਨਾ ਡਾਕਟਰੀ ਇਲਾਜ ਕਰੋਗੇ ਤੁਹਾਡੇ ਥਣ ਜਿਹਦੇ ਮਈਆਂ ਚੋਣੀਆਂ ਨੇ ਉਹਨੇ ਥਣ ਲਾਜ਼ਮਨ ਧੋਣੇ ਥਣ ਲਾਜ਼ਮਨ ਧੋਣੇ ਸਿਤਰੇ ਕਰਕੇ ਤੇ ਫਿਰ ਮਈਆਂ ਚੋਣੀਆਂ ਠੀਕ ਹੈ ਗੰਦੇ ਥਣਾਂ ਦੀਆਂ ਮਈਆਂ ਨਹੀਂ ਚੋਣੀਆਂ ਬਿਲਕੁਲ ਸਹੀ ਉਹ ਥਣ ਮਰਦੇ ਜਾਣ ਥਣ ਮਰ ਠੀਕ ਹੈ ਪਾਜ ਜਾਣਗੇ ਮਰ ਜਾਣਗੇ ਅੱਛਾ ਚਾਚੂ ਜੀ ਇਹ ਜਿਹੜਾ ਤੁਹਾਡਾ ਫਾਰਮ ਹੈ ਇਸ ਟਾਈਮ ਮੇਨ ਸ਼ਹਿਰ ਦੇ ਵਿੱਚ ਠੀਕ ਹੈ ਤੁਸੀਂ ਆਪੀ ਚਾਰਾ ਲਾਉਂਦੇ ਹੋ ਜਾਂ ਮੁੱਲ ਖਰੀਦਦੇ ਹੋ ਅਸੀਂ ਮੁੱਲ ਹੀ ਲੈਣਾ ਅੱਛਾ ਮੁੱਲ ਖਰੀਦ ਕੇ ਚਾਰਾ ਕਿਆ ਇਹ ਫੇਰ ਵੀ ਕੰਮ ਪ੍ਰੋਫਿਟੇਬਲ ਹੈ ਜਾਂ ਨਹੀਂ ਪ੍ਰੋਫਿਟ ਘਾਟਾ ਕੋਈ ਨਹੀਂ ਫੇਰ ਵੀ ਪ੍ਰੋਫਿਟ ਹੈ ਹਾਂਜੀ ਅੱਛਾ ਮੈਂ ਇੱਕ ਚੀਜ਼ ਵੇਖਣ ਰਿਹਾ ਮੈਨੂੰ ਜਾ ਕੋਈ ਨਜ਼ਰ ਨਹੀਂ ਆਉਂਦਾ ਪਿਆ ਜਾ ਨਹੀਂ ਇੱਥੇ ਰਹਿੰਦੇ ਸ਼ਹਿਰ 'ਚ ਦੁੱਧ ਮਹਿੰਗਾ ਅੱਛਾ ਅੱਛਾ
ਅੱਛਾ ਉਹ ਪਹਿਲੇ ਦਿਨ ਹੀ ਲਾਈ ਜਾਂਦੇ ਨੇ ਦੂਜੇ ਚੌਥੇ ਦਿਨ ਪੰਜਵੇਂ ਦਿਨ ਦੇ ਦਿੰਦੇ 10 ਦਿਨ ਕੱਢ ਕੇ ਦੇ ਦਿੰਦੇ ਉਹ ਪਿੰਡਾਂ 'ਚ ਲੋਕ ਲਾਏ ਅੱਛਾ ਇਹ ਜ਼ੁਲਮ ਨਹੀਂ ਵੈਸੇ ਨਹੀਂ ਜ਼ੁਲਮ ਕੋਈ ਨਹੀਂ ਆ ਅੱਛਾ ਜਿਹਨਾਂ ਨੇ ਪਾਲ ਲੈਣੇ ਨੇ ਜ਼ੁਲਮ ਕੋਈ ਨਹੀਂ ਅੱਛਾ ਤੁਸੀਂ ਬੱਚਾ ਕਿਸੇ ਕੋਲ ਲੈ ਲੈਂਦੇ ਹੋ ਜੀ ਜੀ ਉਹਨੇ ਪਾਲ ਲੈਣਾ ਉਹਦਾ ਜ਼ੁਲਮ ਕਰ ਲੈ ਉਹ ਤਾਂ ਜ਼ਿਆਦਾ ਉਹਨਾਂ ਨੂੰ ਜ਼ਿਆਦਾ ਅਗਰ ਮਿਸਾਲ ਦੇ ਤੌਰ 'ਤੇ ਇੱਕ ਮਾਂ ਏ ਉਹ ਆਪਣਾ ਬੱਚਾ ਸਾਡੇ ਉਹਦੇ ਕੋਈ ਘਰ ਛੱਡਦਾ ਕਿਆ ਉਹਦੇ ਤੇ ਕੀ ਬੀਤਦੀ ਅਗਰ ਤੁਸੀਂ ਐਜ਼ ਆ ਇਨਸਾਨ ਸਮਝੋ ਉਹ ਤਾਂ ਠੀਕ ਹੈ ਜੀ ਮਸਲਾ ਹੈ ਕਿ ਜਿਹੜੇ ਲੋਕ ਪਾਲਦੇ ਨੇ ਉਹਨਾਂ ਨੂੰ ਤਾਂ ਬੱਚੇ ਚਾਹੀਦੇ ਨੇ ਨਾ ਠੀਕ ਹੈ ਉਹਨਾਂ ਨੂੰ ਵੀ ਇਹਨਾਂ ਦੇ ਬੱਚੇ ਚਾਹੀਦੇ ਨੇ ਉਹ ਪ੍ਰੋਫਿਟ ਲੈਂਦੇ ਨੇ ਠੀਕ ਹੋ ਗਿਆ ਲੇਕਿਨ ਮੈਂ ਅਕਸਰ ਵੇਖਿਆ ਅਕਸਰ ਪ੍ਰੋਫਿਟ ਲੈਂਦੇ ਨੇ ਜੀ ਜੀ ਉਹਨਾਂ ਦੇ ਪੈਸੇ ਕਮਾਉਣੇ ਨੇ ਠੀਕ ਹੋ ਗਿਆ